ਮੇਰਾ ਨਾਂ ਜੀ ਇਕਬਾਲ ਸਿੰਘ ਹੈ ਜੀ, ਅਤੇ ਮੈਂ ਪੈਰਿਸ ਫਰਾਂਸ ਪਿਛਲੇ 32 ਸਾਲਾਂ ਤੋਂ ਰਹਿ ਰਿਹਾ, ਅਤੇ ਅੱਜ ਤੁਹਾਡੇ ਮੈਂ ਰੂਬਰੂ ਹੋਇਆ ਕਿ ਜਿਹੜੇ ਫਰਾਂਸ ਦੇ ਵਿੱਚ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਬੰਦੇ ਮਰੇ ਜਿਹੜੇ 16, ਉਹਨਾਂ ਦੇ ਵਿੱਚੋਂ ਜਿਹੜੇ 9 ਦੇ ਸੰਸਕਾਰ ਹੋਏ ਸੀ ਉਹਨਾਂ ਦੇ ਮੈਂ ਫੁੱਲ ਲੈ ਕੇ ਤੁਹਾਡੇ ਕੋਲ ਪਹੁੰਚਿਆ। 3 ਡੈੱਡ ਬੋਡੀਆਂ ਸੀ ਪਹਿਲਾਂ ਭੇਜ ਚੁੱਕਿਆ, 1 ਡੈੱਡ ਬੋਡੀ ਮੈਂ ਨਾਲ ਲੈ ਕੇ ਆਇਆ ਵਾਂ, ਅਤੇ 2 ਦੇ ਸੰਸਕਾਰ ਉੱਥੇ ਮੇਰੇ ਤੋਂ ਬਾਅਦ ਜਿਹੜੇ 1 28 ਨੂੰ ਹੋਣਾ ਆ ਅਤੇ 1 ਕੱਲ੍ਹ ਹੋ ਗਿਆ ਆ। ਤੁਸੀਂ ਫਰਾਂਸ ਵਿੱਚ ਕੋਈ ਸੰਸਥਾ ਚਲਾਉਂਦੇ ਹੋ? ਮੈਂ ਸੰਸਥਾ ਚਲਾਉਂਦਾ ਜੀ, ਔਰਰ ਡਾਊਨ ਨਾਮ ਦੀ ਸੰਸਥਾ ਜਿਹੜੀ ਮੈਂ 2005 ਦੀ ਰਜਿਸਟਰਡ ਕਰਵਾਈ ਹੋਈ ਆ, ਔਰ ਸਾਰਾ ਕੰਮ ਅਸੀਂ ਲੀਗਲ ਤੌਰ 'ਤੇ ਕਰਦੇ ਹਾਂ। ਸਰਕਾਰੀ ਤੌਰ 'ਤੇ ਅਸੀਂ ਇਹਨਾਂ ਬੰਦਿਆਂ ਦਾ ਸੰਸਕਾਰ ਕਰਕੇ ਉਹਦੇ ਜਿਹੜੇ ਉੱਥੋਂ ਦੇ ਸਰਟੀਫਿਕੇਟ ਹੁੰਦੇ ਨੇ ਸੰਸਕਾਰ ਦੇ, ਉਹ ਅਸੀਂ ਲਿਆ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਸੌਂਪਦੇ, ਔਰ ਉੱਥੋਂ ਜਿਹੜੇ ਫੁੱਲ ਹੁੰਦੇ ਨੇ ਉਹ ਵੀ ਅਸੀਂ ਪਰਿਵਾਰਾਂ ਨੂੰ ਤਿਆਰ ਕੇ ਦਿੰਦੇ ਹਾਂ, ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਆਪਣੇ ਹੱਥੀਂ ਜਿਹੜੀ ਅਖੀਰਲੀ ਕਿਰਿਆ ਕਰਮ ਆਪਣੇ ਹੱਥੀਂ ਕਰ ਸਕਣ ਉਹਨਾਂ ਦੀ, ਤਾਂ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੀ, ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ। ਅਤੇ ਜਿਹੜੇ ਉਹ ਫੁੱਲ ਨੇ ਉਹ ਆਪਣੇ ਹੱਥੀਂ ਜਿੱਥੇ ਵੀ ਕਿਸੇ ਦਾ ਦਿਲ ਕਰਦਾ, ਕੋਈ ਕੀਰਤਪੁਰ ਸਾਹਿਬ, ਕੋਈ ਹਰਿਦੁਆਰ, ਜਿੱਥੇ ਜਿੱਥੇ ਵੀ ਕਿਸੇ ਦੀ, ਨਾਲੇ ਅਸੀਂ ਇਹ ਜਿਹੜਾ ਕੰਮ ਕਰਦੇ ਸਾਰੇ ਧਰਮਾਂ ਵਾਸਤੇ ਕਰਦੇ ਹਾਂ, ਨਾ ਕਿ ਇਕੱਲੇ ਸਿੱਖਾਂ ਵਾਸਤੇ ਕਰਦੇ ਹਾਂ। ਜੇ ਕੋਈ ਉੱਥੇ ਹਿੰਦੂ ਵੀਰ ਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਅਸੀਂ ਬ੍ਰਾਹਮਣ ਬੁਲਾ ਕੇ ਉਹਦੀ ਪੂਜਾ ਕਰਵਾਉਂਦੇ ਹਾਂ, ਹਮਲ ਕਰਵਾਉਂਦੇ ਹਾਂ। ਜੇਕਰ ਮੁਸਲਮਾਨ ਦੀ ਕਿਸੇ ਦੀ ਮੌਤ ਹੋ ਜਾਂਦੀ ਤਾਂ ਅਸੀਂ ਮੌਲਵੀ ਨੂੰ ਬੁਲਾਉਂਦੇ ਹਾਂ, ਜੇਕਰ ਕੋਈ ਯਹੂਦੀ ਦੀ ਮੌਤ ਹੋ ਜਾਂਦੀ ਤਾਂ ਅਸੀਂ ਪਾਦਰੀ ਨੂੰ ਬੁਲਾਉਂਦੇ ਹਾਂ। ਜਿਵੇਂ ਦਾ ਕੋਈ ਬੰਦਾ ਹੋਵੇ ਉਹਦੇ ਧਰਮ ਅਨੁਸਾਰ ਹੀ ਅਸੀਂ ਸਾਰੀ ਕਿਰਿਆ ਕਰਮ ਕਰਦੇ ਹਾਂ। ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਹਾਂ, ਅਤੇ ਜਿਹੜੀਆਂ ਅਸੀਂ ਡੈੱਡ ਬੋਡੀਆਂ ਭੇਜੀਆਂ ਨੇ ਅਸੀਂ ਭਾਰਤ ਦੇ ਹਰ ਕੋਨੇ 'ਚ ਭੇਜਦੇ ਹਾਂ। ਵੀ ਆਰ ਦਾ ਵਰਕ ਫਾਰ ਹੋਲ ਪਾਰਟਸ ਆਫ ਇੰਡੀਆ, ਨਾਟ ਓਨਲੀ ਫਾਰ ਪੰਜਾਬ। ਅਤੇ ਇਹਦੇ ਜਿਹੜੇ ਪੈਸੇ ਹੁੰਦੇ ਆ ਫਿਰ ਉਹ ਪਰਿਵਾਰ ਵਾਲੇ ਦਿੰਦੇ ਆ? ਫਿਰ ਪਰਿਵਾਰਾਂ ਕੋਲ ਅਸੀਂ ਕਦੀ ਅੱਜ ਤੱਕ 2003 ਤੋਂ ਅਸੀਂ ਵੈਸੇ ਸ਼ੁਰੂ ਕੀਤਾ ਸੀ, 2005 'ਚ ਸਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ। ਅੱਜ ਤੱਕ ਅਸੀਂ ਕਿਸੇ ਪਰਿਵਾਰ ਕੋਲੋਂ ਕਦੀ ਕੋਈ ਪੈਸਾ ਨਹੀਂ ਲਿਆ, ਚਾਹੇ ਪਰਿਵਾਰ ਅਮੀਰ ਹੋਵੇ ਚਾਹੇ ਗਰੀਬ ਹੋਵੇ। ਫਰਾਂਸ ਦੇ ਜਿਹੜੇ ਗੁਰਦੁਆਰੇ ਨੇ ਉਹ ਦਿਲ ਖੋਲ੍ਹ ਕੇ ਸਾਡੀ ਮਦਦ ਕਰਦੇ ਨੇ, ਸਾਧ ਸੰਗਤ ਮਦਦ ਕਰਦੀ ਹੈ, ਜਿਹੜੇ ਉੱਥੋਂ ਦੇ ਵਸ਼ਿੰਦੇ ਨੇ ਜਿਹੜੇ ਭਾਰਤੀ ਨੇ ਉਹ ਵੀ ਸਾਡੀ ਮਦਦ ਜਿਹੜੀ ਪੂਰੀ ਕਰਦੇ ਨੇ। ਸਾਨੂੰ ਅੱਜ ਤੱਕ ਉਹਨਾਂ ਦੀ ਬਦੌਲਤ, ਫਰਾਂਸ ਦੀ ਸਾਧ ਸੰਗਤ ਦੀ ਬਦੌਲਤ, ਕਦੀ ਪੈਸੇ ਦੀ ਘਾਟ ਜਿਹੜੀ ਕਦੀ ਸਾਨੂੰ ਮਹਿਸੂਸ ਨਹੀਂ ਹੋਈ। ਸਰ ਇਨਫੋਰਮੇਸ਼ਨ ਹਜੇ ਤੱਕ ਇਨਫੋਰਮੇਸ਼ਨ ਜਿਵੇਂ ਮੰਨ ਲਓ ਕਿ ਕਿਸੇ ਪਿੰਡ ਦਾ ਮੁੰਡਾ ਮਰਿਆ, ਉਹਦੇ ਨਾਲ ਦੇ ਪਿੰਡ ਵਾਲੇ ਮੁੰਡੇ ਜਿਹੜੇ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ, ਜਾਂ ਇਲਾਕੇ ਦੀ ਜਿਹੜੀ ਪੁਲਿਸ ਵੀ ਕਈ ਵਾਰੀ ਦੇ ਦਿੰਦੀ ਇਨਫੋਰਮੇਸ਼ਨ ਸਾਨੂੰ, ਅਤੇ ਮੇਰੀ ਐਸੋਸੀਏਸ਼ਨ ਦਾ ਨਾਮ ਜਿਹੜਾ ਰਜਿਸਟਰਡ ਹੈ। ਕਈ ਵਾਰੀ ਮੈਨੂੰ ਪੁਲਿਸ ਦਾ ਵੀ ਫੋਨ ਆ ਜਾਂਦਾ, ਪਿੰਡ ਦੇ ਮੁੰਡਿਆਂ ਦਾ ਵੀ ਫੋਨ ਆ ਜਾਂਦਾ, ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ, ਜਾਂ ਕੋਈ ਬੰਦਾ ਪਰਿਵਾਰ ਦਾ ਮੁੰਡਾ ਕੋਈ 3 ਜਾਂ 4 ਦਿਨ ਘਰ ਕੁਨੈਕਸ਼ਨ ਨਹੀਂ ਕਰਦਾ, ਅਤੇ ਉਹ ਫਿਰ ਪਿੰਡ ਵਾਲੇ ਕੀ ਕਰਦੇ ਆਪਣੇ ਨਾਲ ਦੇ ਹੋਰ ਮੁੰਡੇ ਦਾ ਫੋਨ ਕਰਕੇ ਵੀ ਪਤਾ ਕਰੀ ਵੀ ਤੇਰੇ ਨਾਲ ਦੇ ਮੁੰਡੇ ਦਾ ਸਾਨੂੰ ਫੋਨ ਨਹੀਂ ਆ ਰਿਹਾ, ਕੀ ਗੱਲ ਆ? ਫਿਰ ਉਹ ਭਾਵੇਂ ਇਕੱਠੇ ਨਾ ਰਹਿੰਦੇ ਹੋਣ, ਉਹ ਪਤਾ ਕਰਕੇ ਦੱਸ ਦਿੰਦੇ ਆ, ਫਿਰ ਉਹ ਮੇਰੇ ਤੱਕ ਜਿਹੜੀ ਖਬਰ ਚੁਣੀ ਆ। ਹੁਣ ਤੱਕ ਸੰਸਕਾਰ ਤਾਂ ਅਸੀਂ ਕੋਈ 135-136 ਕੀਤੇ ਨੇ, ਅਤੇ ਕੁਝ ਪਰਿਵਾਰਾਂ ਦੇ ਜਿਹੜੇ ਜਾਂਦੇ ਨੇ ਉੱਥੇ ਖੁਦ ਉਹ ਫੁੱਲ ਆਪ ਲੈ ਆਉਂਦੇ ਨੇ, ਜਿਹੜੇ ਮੈਂ ਆਪਣੇ ਹੱਥੀ ਹੁਣ ਤੱਕ ਲਿਆਉਂਦੇ 129 ਪਰਿਵਾਰਾਂ ਦੇ ਫੁੱਲ ਹੁਣ ਤੱਕ ਮੈਂ ਲੈ ਗਿਆ। ਭੱਟੀ ਸਾਹਿਬ, ਅੱਜ ਮੈਂ 9 ਬੰਦਿਆਂ ਦੇ ਫੁੱਲ ਲੈ ਗਿਆ। ਭੱਟੀ ਸਾਹਿਬ, ਇੱਕ ਚੀਜ਼ ਦੱਸਿਓ, ਜਿੱਦਾਂ ਤੁਸੀਂ ਪ੍ਰੈਸ ਵਾਰਤਾ ਦੌਰਾਨ ਜ਼ਿਕਰ ਕੀਤਾ ਕਿ ਜਿਹੜੀ ਕੋਵਿਡ ਸ਼ੀਲਡ ਸੀਗੀ, ਜਿਹੜੀ ਦਵਾਈ ਲਵਾਉਣ ਨਾਲ ਤੁਹਾਨੂੰ ਲੱਗਦਾ ਕਿ ਇਹਨਾਂ ਦੀਆਂ ਮੌਤਾਂ ਹੋਈਆਂ, ਹਾਰਟ ਅਟੈਕ ਹੋਏ ਨੇ, ਇਹਦੀ ਜਾਂਚ ਕਰਵਾਓਗੇ ਤੁਸੀਂ? ਇਹਦੀ ਜਾਂਚ ਜਦੋਂ ਸਾਨੂੰ ਕੋਈ ਪ੍ਰੂਫ ਮਿਲ ਗਿਆ ਜ਼ਰੂਰ ਕਰਾਵਾਂਗੇ। ਜਿਵੇਂ ਇੱਕ ਉਸ ਕੰਪਨੀ 'ਤੇ ਕੇਸ ਹੋਇਆ, ਜਦੋਂ ਸਾਨੂੰ ਕੋਈ ਪ੍ਰੂਫ ਲੱਭ ਗਿਆ ਅਸੀਂ ਵੀ ਜਿਹੜਾ ਆਪਣੀ ਲੀਗਲ ਤੌਰ 'ਤੇ ਉੱਤੇ ਕੰਪਨੀ 'ਤੇ ਕੇਸ ਕਰਾਂਗੇ।